ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਟੱਡੀ ਐਂਡ ਇਨਫੋ ਬੀ ਵਿੱਚ ਤੁਹਾਡਾ ਸਵਾਗਤ ਹੈ। ਵੀਐਫਯੂਐਚਐਸ ਵੱਲੋਂ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਜੋ ਕਿ ਅੱਜ ਤੁਹਾਨੂੰ ਇਸ ਵੀਡੀਓ ਰਾਹੀਂ ਮੈਂ ਦੱਸਾਂਗਾ ਇਸ ਲਈ ਵੀਡੀਓ ਪੂਰੀ ਧਿਆਨ ਨਾਲ ਸੁਣਿਓ। ਬਾਬਾ ਫਰੀਦ ਯੂਨੀਵਰਸਿਟੀ ਵਿੱਚ ਜੋ 17 ਨਵੰਬਰ ਨੂੰ ਬੀਐਸਸੀ ਨਰਸਿੰਗ ਦੀ ਜੋ ਪ੍ਰੀਖਿਆ ਹੋਣੀ ਸੀ ਉਹ ਹੁਣ ਮੁਲਤਵੀ ਕਰ ਦਿੱਤੀ ਗਈ ਹੈ। ਇਸ ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਕਾਰਨ ਇਹ ਹੋਇਆ ਹੈ ਕਿ ਜੋ ਪਿਛਲੇ ਕੁਝ ਦਿਨਾਂ ਤੋਂ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪ੍ਰੋਟੈਸਟ ਚੱਲ ਰਿਹਾ ਸੀ ਉਸ وجہ ਕਰਕੇ ਹੁਣ ਇਹ ਪ੍ਰੀਖਿਆ ਜਿਹੜੀ 45 ਦਿਨਾਂ ਲਈ ਮੁਲਤਵੀ ਕਰ ਦਿੱਤੀ ਗਈ ਹੈ ਇਸ ਲਈ ਜਿਨ੍ਹਾਂ ਜਿਨ੍ਹਾਂ ਦੇ ਐਗਜ਼ਾਮ ਸੀ ਇਸ ਤਾਰੀਖ ਨੂੰ ਉਹ ਨੋਟ ਡਾਊਨ ਕਰ ਲੈਣ ਕਿ ਹੁਣ ਇਹ ਐਗਜ਼ਾਮ ਜਿਹੜੇ 45 ਦਿਨਾਂ ਲਈ ਅੱਗੇ ਪਾ ਦਿੱਤੇ ਗਏ ਹਨ ਹੁਣ ਅੱਗੇ ਇਹ ਪੂਰੀ ਖਬਰ ਪੜ੍ਹਦੇ ਆਪਾਂ ਡਿਟੇਲ ਵਿੱਚ ਕੀ ਹੈ ਬਾਬਾ ਫਰੀ ਯੂਨੀਵਰਸਿਟੀ ਵੱਲੋਂ 109 ਨਰਸਿੰਗ ਕਾਲਜਾਂ 'ਚ 17 ਨਵੰਬਰ ਤੋਂ ਡੀਐਸਸੀ ਨਰਸਿੰਗ ਦੀ ਪ੍ਰੀਖਿਆ ਜਿਹੜੀ ਲੈਣ ਪਰੰਤੂ ਇਸ ਦਾ ਜੰਮੂ ਕਸ਼ਮੀਰ ਵਿੱਚ ਰਹਿਣ ਵਾਲੇ ਸੈਂਕੜੇ ਵਿਦਿਆਰਥੀਆਂ ਨੇ ਵਿਰੋਧ ਕੀਤਾ ਸੀ। ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਲਾਕਡਾਊਨ ਦੌਰਾਨ ਜੰਮੂ ਕਸ਼ਮੀਰ 'ਚ ਠੀਕ ਤਰ੍ਹਾਂ ਨਾਲ ਨੈੱਟ ਨਾ ਚੱਲਣ ਕਰਕੇ ਉਹ ਆਨਲਾਈਨ ਪੜ੍ਹਾਈ ਜਿਹੜੀ ਹੋ ਨਹੀਂ ਕਰ ਸਕੇ। ਹੁਣ ਜਦਕਿ ਕਾਲਜ ਯੂਨੀਵਰਸਿਟੀ ਖੁੱਲ੍ਹੇ ਹਨ ਤਾਂ ਪ੍ਰੀਖਿਆ ਲੈਣ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਕਹਿਣਾ ਸੀ ਕਿ ਇਸ ਤਰ੍ਹਾਂ ਉਹਨਾਂ ਨੂੰ ਪੜ੍ਹਨ ਲਈ ਪ੍ਰੋਪਰ ਟਾਈਮ ਨਹੀਂ ਮਿਲਿਆ ਇਸ ਲਈ ਜਿਹੜਾ ਪੇਪਰ ਹੈ ਉਹ 45 ਦਿਨ ਬਾਅਦ ਵਿੱਚ ਲਈ ਜਾਣ ਤਾਂ ਕਿ ਉਹ 45 ਦਿਨਾਂ ਵਿੱਚ ਆਪਣੀ ਜਿਹੜੀ ਤਿਆਰੀ ਹੈ ਉਹ ਚੰਗੀ ਤਰ੍ਹਾਂ ਕਰ ਸਕਣ ਆਖਰਕਾਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਮੰਗ ਨੂੰ ਮੰਨਦੇ ਹੋਏ ਬੀਐਸਸੀ ਨਰਸਿੰਗ ਦੀ ਜਿਹੜੀ ਪ੍ਰੀਖਿਆ ਹੈ ਉਹ ਵਿੱਚ 45 ਦਿਨ ਦਾ ਜਿਹੜਾ ਵਾਧੂ ਸਮਾਂ ਦੇਣ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਆਪਣਾ ਤਰਨਾ ਉਹ ਖਤਮ ਕੀਤਾ 35000 ਵਿਦਿਆਰਥੀ ਨਰਸਿੰਗ ਦੀ ਪ੍ਰੀਖਿਆ ਜਿਹਨਾਂ ਨੇ ਦੇਣੀ ਸੀ ਉਹਨਾਂ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ ਇਸ ਤੋਂ ਇਲਾਵਾ ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਬਾਕੀ ਕੰਪੀਟੀਟਿਵ ਇਗਜ਼ਾਮ ਹੋਣੇ ਹਨ ਉਹਨਾਂ ਵਿੱਚ ਕੋਈ ਚੇਂਜਸ ਹੋਣ ਨੂੰ ਨਹੀਂ ਆਇਆ ਹੈ ਉਹ ਇਗਜ਼ਾਮ ਸੇਮ ਐਗਜ਼ੈਕਟ ਡੇਟਾਂ ਤੇ ਹੀ ਹੋਣਗੇ ਇਸ ਲਈ ਆਪਣੀ ਤਿਆਰੀ ਰੱਖੋ ਜਿਵੇਂ ਕਿ ਵਾਟਰ ਟੈਂਡਰ ਦਾ ਇਗਜ਼ਾਮ ਹੈ ਉਸ ਦੀ ਸੰਭਾਵਨਾ ਜਿਹੜੀ 29 ਤਰੀਕ ਤੱਕ ਜਿਹੜਾ ਇਗਜ਼ਾਮ ਆ ਹੋ ਸਕਦਾ ਹੈ ਇਸੇ ਸਬੰਧ ਵਿੱਚ ਅਸੀਂ ਵਾਟਰ ਟੈਂਡਰ ਦੇ ਤਿਆਰੀ ਦੇ ਸਬੰਧ ਵਿੱਚ ਤੁਹਾਡੇ ਲਈ ਇੱਕ ਐਮਸੀਕਿਊ ਦੇ ਫ੍ਰੀ ਮੌਕ ਟੈਸਟ ਜਿਹੜਾ ਉਹ ਲੈ ਕੇ ਆ ਰਹੇ ਹਾਂ ਨਿਊ ਜੋ ਕਿ ਨਵੇਂ ਸਿਲੇਬਸ ਅਨੁਸਾਰ ਹੋਵੇਗਾ ਇਸ ਲਈ ਉਹ ਜੁਆਇਨ ਕਰਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਦਵਾ ਲਿਓ ਤਾਂ ਕਿ ਉਸ ਤਰ੍ਹਾਂ ਦੀ ਕਿਸੇ ਵੀ ਵੀਡੀਓ ਤੁਸੀਂ ਮਾਣਦੇ ਰਹ ਜਾਈਓ ਅਤੇ ਤੁਹਾਡੀ ਤਿਆਰੀ ਜਿਹੜੀ ਬਹੁਤ ਚੰਗੀ ਤਰ੍ਹਾਂ ਹੋ ਜਾਵੇ ਇਸ ਤੋਂ ਇਲਾਵਾ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਨੂੰ ਜੁਆਇਨ ਕਰ ਲਓ ਜਿੱਥੇ ਕਿ ਅਸੀਂ ਇਸ ਸੰਬੰਧੀ ਜਿਹੜੀ ਤੁਹਾਡੀ ਤਿਆਰੀ ਦੀ ਸੰਬੰਧੀ ਲੇਟੈਸਟ ਪੀਡੀਐਫਸ ਬੁੱਕਸ ਦੇ ਪੀਡੀਐਫ ਸਾਰੇ ਪਾ ਦਿੱਤੇ ਹਨ ਅਤੇ ਉੱਥੇ ਜਾ ਕੇ ਤੁਸੀਂ ਇਹਨਾਂ ਨੂੰ ਡਾਊਨਲੋਡ ਕਰ ਲਿਓ ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਧੰਨਵਾਦ